ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਪੰਜਾਬ ਦੇ 48 ਸਰਕਾਰੀ ਕਾਲਜਾਂ ਵਿੱਚ ਕੱਚੇ ਪ੍ਰੋਫੈਸਰਾਂ ਮੌਜੂਦਾ ਸਰਕਾਰ ਦੇ ਖਿਲਾਫ ਠੋਕਿਆ ਧਰਨਾ। ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦੀ ਦਿੱਤੀ ਚੇਤਾਵਨੀ। ਹੜਤਾਲ ਕਾਰਨ ਕਾਲਜ ਦੇ ਵਿੱਚ ਵਿਦਿਆਰਥੀਆਂ ਦੀਆਂ ਕਲਾਸਾਂ 'ਚ ਛਾਇਆ ਹਨੇਰਾ। ਜੇਕਰ ਸਰਕਾਰਾਂ ਅਜਿਹਾ ਵਤੀਰਾ ਅਧਿਆਪਕਾਂ ਤੇ ਪ੍ਰੋਫੈਸਰਾਂ ਨਾਲ ਕਰਨ ਲੱਗ ਜਾਣ ਤਾਂ ਆਉਣ ਵਾਲੇ ਭਵਿੱਖ ਦਾ ਕੀ ਹੋਵੇਗਾ? ਇਸ ਸੰਬੰਧੀ ਸਾਡੇ ਨਾਭਾ ਤੋਂ ਪੱਤਰਕਾਰ ਰਜੇਸ਼ ਬਜਾਜ ਨੇ ਧਰਨਾ ਦੇ ਰਹੇ ਕੱਚੇ ਪ੍ਰੋਫੈਸਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਅਗਲਾ ਸੰਘਰਸ਼ ਪੰਜਾਬ ਦੀ ਮੌਜੂਦਾ ਸਰਕਾਰ ਦੇ ਖਿਲਾਫ ਤਿੱਖਾ ਹੋਵੇਗਾ। ਉਹਨਾਂ ਕਿਹਾ ਕਿ ਇਹ ਸਰਕਾਰ ਪੰਜਾਬ ਦੇ ਐਜੂਕੇਸ਼ਨ ਨੂੰ ਡੋਬਣ ਵਿੱਚ ਲੱਗੀ ਹੋਈ ਹੈ। ਧਰਨਾ 2 ਮਾਰਚ ਦਾ ਸਰਕਾਰ ਨੂੰ ਅਸੀਂ ਸੰਕੇਤ ਦੇ ਰਹੇ ਹਾਂ ਵੀ ਜੇ ਸਾਡੀਆਂ ਮੰਗਾਂ ਤੁਸੀਂ ਪੂਰੀਆਂ ਨਹੀਂ ਕਰੋਗੇ ਤਾਂ ਅਸੀਂ ਸਾਰੇ ਇਕੱਠੇ ਹੋ ਕੇ, ਜਿਵੇਂ ਅੱਜ ਸਾਰੇ ਵਿਦਿਆਰਥੀ ਯੂਨੀਅਨ ਸਾਡੇ ਨਾਲ ਆਈਆਂ ਨੇ, ਦੂਸਰੀਆਂ ਐਸੋਸੀਏਸ਼ਨਾਂ ਸਾਡੇ ਨਾਲ ਨੇ, ਅਤੇ ਇਸ ਤੋਂ ਬਾਅਦ ਕਾਲਜਾਂ ਤੋਂ ਬਾਹਰ ਨਿਕਲ ਕੇ ਅਸੀਂ ਅਗਲਾ ਸਟੈਪ ਸਾਡਾ ਹੋਊਗਾ ਵੀ ਰੋਡਾਂ 'ਤੇ ਉਤਰ ਕੇ ਅਸੀਂ ਹੋ ਸਕਦਾ ਮੂਹਰਲੇ ਟਾਈਮ 'ਚ ਅਸੀਂ ਮੁੱਖ ਮੰਤਰੀ ਦਾ ਘਿਰਾਓ ਕਰੀਏ ਪਟਿਆਲੇ ਜਾ ਕੇ। ਇਹ ਸਾਡਾ ਅਗਲਾ ਪ੍ਰੋਗਰਾਮ ਹੋਊਗਾ ਜੇ ਸਾਡੀ ਸਰਕਾਰ ਨਹੀਂ ਸੁਣਦੀ, ਕਿਉਂਕਿ ਸਰਕਾਰ ਤਾਂ ਜਮੀ ਬੋਲੀ ਹੋਈ ਬੈਠੀ ਆ। ਸਰਕਾਰ ਕਹਿ ਰਹੀ ਹੈ ਘਰ ਘਰ ਨੌਕਰੀ ਰੁਜ਼ਗਾਰ ਦੇਣਾ, ਪਰ ਸਾਤੋਂ ਇਹ 15-20 ਸਾਲ ਪੁਰਾਣੇ ਬੰਦਿਆਂ ਤੋਂ ਵੀ ਉਹ ਰੁਜ਼ਗਾਰ ਖੋਣ ਦੇ ਮੂਡ 'ਚ ਆ। ਸਰਕਾਰ ਦੀ ਜੋ ਨੀਤੀ ਆ ਉਹ ਮੁਲਾਜ਼ਮ ਮਾਰੂ ਨੀਤੀ ਆ। ਅਸੀਂ ਚਾਹੁੰਦੇ ਹਾਂ ਵੀ ਆਪਣੀ ਜਿਹੜੀ ਉਹ ਉਹਨਾਂ ਦੀ ਪੋਲਿਸੀ ਆ ਉਹਨੂੰ ਸਹੀ ਤਰੀਕੇ ਨਾਲ ਲਾਗੂ ਕਰਨ, ਇੰਨੇ ਇੰਨੇ ਸਾਲਾਂ ਤੋਂ ਜਿਹੜੇ ਅਸੀਂ ਕੰਮ ਕਰ ਰਹੇ ਹਾਂ ਉਹਨਾਂ ਨੂੰ ਬਿਨਾਂ ਸ਼ਰਤ ਤੋਂ ਉਹ ਪੱਕੇ ਕਰਨ। ਇਹ ਸਾਡੀ ਮੇਨ ਡਿਮਾਂਡ ਆ। ਜੇ ਉਹ 1 ਸਾਲ ਦਾ ਬੰਦਾ ਗੈਸਟ ਵਿਕਟੀ ਕੰਮ ਕਰ ਰਿਹਾ, ਜੇ 20 ਸਾਲ ਦਾ ਕਰ ਰਿਹਾ, ਉਹਨਾਂ ਨੂੰ ਸਾਰਿਆਂ ਨੂੰ ਬਿਨਾਂ ਸ਼ਰਤ ਤੋਂ, ਕਿਉਂਕਿ ਸਾਰੇ ਬੰਦੇ ਸ਼ਰਤਾਂ ਨਾਲੇ ਆਏ ਨੇ ਉਰੇ। ਮਾਰੂ ਨੀਤੀਆਂ ਨੇ ਉਹਨਾਂ ਦੇ ਖਿਲਾਫ ਜਿਹੜੇ ਹੈਗੇ ਆ ਅਸੀਂ ਅੱਜ ਬੈਠੇ ਹਾਂ ਇਸ ਧਰਨੇ 'ਤੇ, ਅਤੇ ਧਰਨਾ ਪੂਰੇ ਪੰਜਾਬ ਦੇ ਵਿੱਚ 48 ਕਾਲਜਾਂ ਦੇ ਵਿੱਚ ਚੱਲ ਰਿਹਾ ਆ, ਅਤੇ ਇਸ ਧਰਨੇ ਨੂੰ ਅਸੀਂ ਪੂਰੀ ਤਰ੍ਹਾਂ ਕਾਮਯਾਬ ਬਣਾਵਾਂਗੇ, ਕਿਉਂਕਿ ਸਰਕਾਰ ਨੇ ਜਿਹੜਾ ਘਰ ਘਰ ਦੇ ਵਿੱਚ ਰੁਜ਼ਗਾਰ ਨਾ ਦੇਣ ਦੇ ਨਾਂ 'ਤੇ ਜਿਹੜਾ ਹੈਗਾ ਆ ਸਾਡੇ ਨਾਲ ਬੜਾ ਹੀ ਭੱਦਾ ਮਜ਼ਾਕ ਕਰ ਰਹੀ ਆ। ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਅਸੀਂ ਇੰਨੇ ਇੰਨੇ ਸਾਲਾਂ ਤੋਂ ਜਿਹੜੇ ਹੈਗੇ ਆ ਕੰਮ ਕਰ ਰਹੇ ਹਾਂ, ਭਾਵੇਂ ਕੋਈ 1 ਸਾਲ ਤੋਂ ਕੰਮ ਕਰ ਰਿਹਾ, ਭਾਵੇਂ ਕੋਈ 10 ਸਾਲ ਤੋਂ ਕੰਮ ਕਰ ਰਿਹਾ, ਅਤੇ ਉਹ ਸਾਰੇ ਹੀ ਆਪਣੀਆਂ ਡਿਊਟੀਜ਼ ਜਿਹੜੀਆਂ ਹੈਗੀਆਂ ਨੇ ਪੂਰੀ ਤਰ੍ਹਾਂ ਨਿਭਾ ਰਹੇ ਨੇ, ਪਰ ਸਰਕਾਰ ਜਿਹੜਾ ਹੈਗਾ ਆ ਇਹ ਸਾਰਾ ਕੁਝ ਅੱਖੋਂ ਓਹਲੇ ਕਰਕੇ ਜਿਹੜੀ ਹੈਗੀ ਅੱਜ ਸਰਕਾਰ ਕਹਿ ਰਹੀ ਆ ਕਿ ਅਸੀਂ ਨਵੀਂ ਭਰਤੀ ਕਰਾਂਗੇ। ਜੇ ਸਰਕਾਰ ਨੂੰ ਲੱਗ ਰਿਹਾ ਸੀ ਕਿ ਅਸੀਂ ਉਸ ਚੀਜ਼ ਦੇ ਹੈਗੇ ਆ ਜਿਹੜੇ ਉਹਨਾਂ ਦੀ ਸ਼ਰਤਾਂ ਦੇ ਮੁਤਾਬਕ ਨਹੀਂ ਹੈਗੇ, ਤਾਂ ਸਰਕਾਰ ਨੇ ਪਹਿਲਾਂ ਹੀ ਜਿਹੜੀਆਂ ਹੈਗੀਆਂ ਨੇ ਇਹ ਹਦਾਇਤਾਂ ਕਿਉਂ ਦਿੱਤੀਆਂ ਸੀ ਕਾਲਜਾਂ ਨੂੰ ਕਿ ਇਹਨਾਂ ਨੂੰ ਰੱਖਿਆ ਜਾਵੇ। ਜੇ ਅਸੀਂ ਉਸ ਟਾਈਮ ਯੋਗਤਾਵਾਂ ਪੂਰੀਆਂ ਕਰਦੇ ਸੀ ਤਾਂ ਹੀ ਅਸੀਂ ਉਸ ਟਾਈਮ ਜਿਹੜੇ ਹੈਗੇ ਆ ਇੱਥੇ ਆਏ ਹਾਂ। ਰਜੇਸ਼ ਬਜਾਜ, ਦਿਵਿਆ ਪੰਜਾਬ ਟੀਵੀ, ਨਾਭਾ।